कब दिख जाते क्यों देगा साल साल। बुरा हाल है भाई, रोटी का नहीं बनता हिला। हाँ जी, परमात्मा दे मूहरे ही अर्ज करते हैं बे मालिक इदू दा सानू चक ला। ਨਾ ਗੁਲਾਬ ਕਰ ਵਈ ਗੁਲਾਬ ਕਰ ਜੀ, ਕਦੋਂ ਤੋਂ ਦਿਖਦਾ ਨਹੀਂ ਤੇ ਕੀ ਹਾਲਾਤ ਆ ਘਰ ਦੇ? ਨਹੀਂ ਜੀ, ਕਈ ਬੜੇ ਹੋ ਗਏ। ਮੇਰਾ ਮੁੰਡਾ ਵੱਡਾ ਉਹ ਡਿੱਗਤਾ ਸੀਗਾ, ਮੈਂ ਚੱਕ ਲਿਆ, ਇਹਨੂੰ ਬੋਲ ਮਾਰ ਲਿਆ। ਉਸ ਤਾਂ ਮੈਨੂੰ ਵੀ ਉਦੋਂ ਛਾ ਜੀ ਪੈਂਦੀ ਸੀ, ਇਹਨੂੰ ਉਹਦੀ ਪੈਣ ਲੱਗ ਗਈ। 5 ਕੁ ਦਿਨਾਂ ਬਾਅਦ ਉਹਨੂੰ ਜਿੱਥੋਂ ਹਟ ਗਿਆ, ਬਸ ਬਸ ਥੋੜਾ ਥੋੜਾ ਜਮੀ ਹਟ। ਬੁਰਾ ਹਾਲ ਹੈ, ਰੋਟੀ ਦਾ ਨੀ ਬਣਦਾ ਹਿੱਲਾ। ਆ ਮੁੰਡਾ ਵਿਚਾਰਾ ਅੰਨਾ ਨੇ ਭੂਹੇ ਉਵੇਂ ਜਿਵੇਂ ਇਹਨੂੰ ਸੂਹ ਹੈ ਮਾੜੀ, ਆਪਣੀ ਗੈਸ ਲਗਾ ਲੈਂਦਾ, ਇਹ ਪਕਾ ਲੈਂਦਾ, ਇਹਨੂੰ ਖਵਾ ਲੈਂਦਾ, ਇਹਨੂੰ ਖਵਾਉਣਾ ਮੈਂ ਖਾ ਲੈਂਦੀ ਹਾਂ। ਮੈਨੂੰ ਵੀ ਭਾਈ ਆ ਬਹੂ ਵਿਚਾਰੀ ਕਦੇ ਨਵਾ ਦਿੰਦੀ ਆ ਵਿਚਾਰੀ, ਰੋਟੀ ਵੀ ਫੜਾ ਦਿੰਦੀ ਆ। ਹੈਂ, ਹਾਲ ਤਾਂ ਸਾਡਾ ਬੁਰਾ ਹੀ ਹੈ ਪੁੱਤ। ਕੀ ਮੰਗ ਕਰਦੇ ਸਰਕਾਰ? ਹੈਂ, ਕੀ ਮੰਗ ਕਰਦੇ ਹੋ? ਸਰਕਾਰ ਤੋਂ ਆਦਾ ਕੀ ਮੰਗ ਕਰਨਾ? ਸਰਕਾਰ ਨੂੰ ਤੁਹਾਨੂੰ ਪਤਾ ਨਹੀਂ ਜੀ ਕੀ ਮੰਗ, ਮੂੰਹ ਨਾਲ ਕੀ ਮੰਗੀਏ। ਤੁਹਾਨੂੰ ਪਤਾ ਹੀ ਹੈ ਜੇ ਹੁਣ ਕੁਛ ਕੋ ਦੋ ਪੈਸੇ ਦੋਣ ਤਾਂ ਕੋਈ ਇਲਾਜ ਕਰਾ ਦਈਏ। ਇਹਦਾ ਘਰ ਪੈ ਜੀ ਵੀ ਜੀ, ਉਹ ਘਰ ਬਦਲ ਕੇ ਛੱਤ ਬਦਲ ਦੇਣ, ਚੱਕ ਚੱਕ ਕੇ ਛੱਤ ਪਾ ਦੇਣ ਦੂਜੀ, ਫਿਰ ਉਹ ਉਹਦੇ 'ਚ ਪਰਤ ਪਾ ਕੇ ਫਰਸ਼ ਬਣ ਲੈਣ, ਤਾਂ ਮੈਂ ਉਹਦੇ 'ਚ ਵੜਦੀ ਹੋ ਜਾ। ਹੈਂ ਆਇਆ ਵੀਰ ਜੀ, ਤੈਨੂੰ ਪਤਾ ਹੀ ਆ ਵੀ ਅੱਜ ਕੱਲ੍ਹ ਜ਼ਮਾਨਾ ਕਿਹੜਾ ਹੈਗਾ ਵੀ ਪਰਿਵਾਰ ਦੇ ਵਿੱਚ ਬੰਦਾ ਬੁਰਾ ਸੇਰਾ ਪੈ ਨਹੀਂ ਸਕਦਾ। ਖੰਘ ਵੀ ਆਉਂਦੀ ਹੈ, ਪਿਸ਼ਾਬ ਫੱਲਾ ਵੀ ਆਉਂਦਾ ਹੈਗਾ, ਸਾਰਾ ਕੁਛ ਹੀ ਹੁੰਦਾ। ਇਹ ਤੁਹਾਨੂੰ ਪਤਾ ਹੀ ਹੈ ਵੀ ਕੀ ਚਾਹੀਦਾ ਇਹਨਾਂ ਨੂੰ, ਕੀ ਨਾ ਸਭ ਕੁਛ ਚਾਹੀਦਾ ਤਾਂ ਸਾਰਾ ਕੁਛ ਮੂੰਹ ਨਾਲ ਅਸੀਂ ਮੰਗ। ਹੁਣ ਕਿਵੇਂ ਚੱਲਦਾ ਫਿਰ ਗੁਜ਼ਾਰਾ? ਹੈ, ਹੁਣ ਕਿਵੇਂ ਚੱਲਦਾ ਗੁਜ਼ਾਰਾ? ਗੁਜ਼ਾਰਾ ਬਸ ਮਹਾਰਾਜ ਹੀ ਕੁਝ ਹਿੱਦਾ ਕਰਦਾ। ਪੈਨਸ਼ਨ ਤੇ ਰਾਸ਼ਨ ਮਿਲਦਾ? ਹੈ, ਪੈਨਸ਼ਨ ਤੇ ਰਾਸ਼ਨ ਮਿਲਦੀ ਹੈ ਸਰਕਾਰ ਵਾਲੀ? ਹਾਂ, ਸਰਕਾਰ ਉਹ ਮਿਲਦੀ ਹੈ ਜੀ, ਉਹ ਮਿਲਦੀ ਹੈ। ਹਾਂ, ਬਸ ਕੁਛ ਹੋ ਸਕਦਾ ਟਾਈਮ ਪਾਸ ਹੋ ਜਾਂਦਾ। ਮੇਰਾ ਨਾਮ ਜੀ ਚਰਨਾ ਦਾ, ਚਰਨਾ ਸਿੰਘ। ਚਰਨਾ ਜੀ, ਕਿਵੇਂ ਹਾਲਾਤ ਘਰ ਦੇ ਕੀ ਹੈ? ਹਾਲਾਤ ਜੀ, ਜੇ ਸਹੀ ਗੱਲ ਪੁੱਛਦੇ ਹੋ, ਇੱਦੂ ਦਾ ਹਾਲਾਤ ਕੋਈ ਮਾੜਾ ਆਵੇ ਵੀ ਨਾ ਕਿਸੇ, ਜਿਹੜਾ ਸਾਡੇ 'ਤੇ ਅੱਜ ਮਾੜਾ ਆ ਰਿਹਾ ਸਾਡੇ, ਬਸ ਪਰਮਾਤਮਾ ਦੇ ਨਾਲ ਹੀ ਉਹਦੇ ਨਾਲ ਲਿਬ ਲੱਗਿਆ, ਉਸ ਨੇ ਦੁੱਖ ਦਿੱਤਾ, ਦੁੱਖ ਆਪਦੀ ਜ਼ਿੰਦਗੀ ਦੇ ਨਾਲ ਸਹੀ ਜਾਂਦੇ ਹਾਂ। ਪਰ ਸਾਨੂੰ ਸਰਕਾਰ ਨੇ, ਅਸੀਂ ਬੜੀਆਂ ਮੰਗਾਂ ਮੰਗੀਆਂ, ਕੋਈ ਸਰਕਾਰ ਤੋਂ ਹਾਲੇ ਸਾਨੂੰ ਕੁਛ ਨਹੀਂ, 1 ਰੁਪਿਆ ਵੀ ਨਹੀਂ ਮਿਲਿਆ। ਸਾਡੀ ਬੇਨਤੀ ਇਹ ਹੈ ਕਿ ਵੀ ਆਹ ਜਿੰਨੀ ਜ਼ਿੰਦਗੀ ਰਹਿੰਦੀ ਆ, ਜੇ ਕੋਈ ਸਾਡੀ ਮਦਦ ਕਰੇ, ਕੋਈ ਸਾਡੀ ਖਬਰ ਪਹੁੰਚਾਵੇ ਆਮ ਲੋਕਾਂ ਕੋਲ ਵੀ, ਸਰਕਾਰ ਕੋਲ ਵੀ, ਤਾਂ ਆਹ ਤਾਂ ਜ਼ਿੰਦਗੀ ਇੰਨੀ ਕਿ ਅਸੀਂ ਸੌਖੀ ਲੰਘਾ ਲਈਏ। ਇਹਦੀ ਤਾਂ ਉਹ ਕਿਹੜਾ ਕੋਈ ਕਤਲ ਕਰਕੇ ਤੁਰ ਜਾਂਦਾ ਗਾ, ਜਾਂ ਕਿਸੇ ਵੀ ਉਹਦੇ ਵਿੱਚ ਸਜ਼ਾ ਕੱਟਿਆ ਹੁੰਦਾ ਗਾ, ਉਹ ਦੁਨੀਆਦਾਰੀ ਵੀ ਦੇਖਦਾ ਅਤੇ ਸਜ਼ਾ ਵੀ ਕੱਟਿਆ ਹੁੰਦਾ, ਪਰ ਬਰੀ ਹੋ ਕੇ ਆ ਜਾਂਦਾ। ਜੇ ਕੋਈ ਮਾਲਕ ਸਾਨੂੰ ਬਰੀ ਕਰ ਦੇ, ਪਰਮਾਤਮਾ ਅੱਗੇ ਇਹੀ ਦੁਆ ਮੰਗਦਾ ਮੈਂ ਸੱਚੇ ਪਾਤਸ਼ਾਹ, ਵੀ ਸਤਿਗੁਰਾਂ ਸਾਨੂੰ ਜ਼ਿੰਦਗੀ ਦੀ, ਜਿਹੜੀ ਮੇਰੀ 20 ਸਾਲ ਹੋ ਗਏ ਮੈਨੂੰ ਅੱਖਾਂ ਤੋਂ ਹੋਏ ਨੂੰ, ਬਸ ਪਰਮਾਤਮਾ ਵੀ ਇੱਧਰ ਚੱਕਦਾ ਪਰੇ। ਕੀ ਨਾਮ ਨੇ ਤੁਹਾਡੇ? ਮੇਰਾ ਨਾਮ ਚਰਨਾ ਸਿੰਘ ਆ ਜੀ, ਇਹਦਾ ਨਾਮ ਬਲਜੀਤ ਸਿੰਘ ਆ। ਇਹੀ ਅਸੀਂ ਮਾਤਾ ਦਾ ਨਾਮ, ਮਾਤਾ ਦਾ ਨਾਮ ਗੁਲਾਬ ਕੌਰ ਆ। ਕੀ ਮੰਗ ਕਰਦੇ ਤੁਸੀਂ ਸਰਕਾਰ? ਅਸੀਂ ਮੰਗ ਤਾਂ ਇਹੀ ਕਰਦੇ ਹਾਂ ਵੀ ਕੋਈ ਸਾਡਾ ਇੱਕ ਤਾਂ ਕਮਰਾ ਪੈ ਜੇ, ਇੱਕ ਮੋਟਰ ਲੱਗ ਜੇ ਚੰਗੀ, ਫਲਸ਼ਾਂ ਫਲਸ਼ਾਂ ਹੋ ਜਾਣ ਸਾਡੇ ਜ਼ਮੀਨ ਹੀ। ਤੁਸੀਂ ਉਹ ਦੇਖ ਕੇ ਆਉਂਗੇ ਅੰਦਰ, ਤੁਹਾਨੂੰ ਮੈਂ ਚੱਲੂੰਗਾ।
ये तो आप बाहर बच्चों भी यही बेनती करते हैं भी जे साड़ी वो सरकार ने साडा कोई फायदा नहीं करया दोनों सरकार ने असी जे ये बेनती करना मैं ये सरकार को बड़ी असी हम कि लोगों भी आम लोगों भी कहते रहे भी इन्हों वोटा पाओ इन्हों वोटा पाओ जे साड़ी कोई भगवंत मान को फरियाद कर दे मैं भगवंत मान भगवंत मान का बेनती यही वो बड़ा धन्यवाद करा जी साड़ी खबर सुन ले साड़ी खबर पहुँचावे कोई उन्होंने को यही बेनती करता मैं मेरा नाम तो कागतां तो बलजीत है जी तो इतने गुल्लू कहते हैं। अच्छा केड़ा पिंड अपना किवें ये हालात हो गए किवें अखा चो दिखना मतलब बंद हो कदों तो यह सब चल रहा यह जे कोई परमात्मा वाले नु ही पता गा साडिया मेरा भरा जरा बूटा च खड़ा हुआ तीज सरजीत गिला वो इतने मंजे से बैठा तीज इधर आ गया थी साढ़े बनी ओदा मकान तो उधर गया कनौनिया बनी तो वो जी चाके ना दो गर्मा से छिटिया किसी ने चीज ने पता नहीं चीज ने छिटिया पता नहीं कि मैं चक्कर होया देना वो टट्टी साहब बिचे निकल गए जी ऐ कमन लग गया मैं तो मेरी माता ने असं दोनों ने चक लिया चाके जी नमाया तमाया उधरों कपड़े मंगाए वो कपड़े बदले दूजे नवे पाए असे बिठाया जी बस हौली हौली निगाह जाती जाती साढ़ी तिना दे कट्ठे मगो किसी दे महीना पहला किसी दे मगर किन्ने साल हो गए तो सानू हो गए जी 10-11 साल। अच्छा किवें चलता जी गुजारा किवें चलता की गुजारा साडा और परमात्मा निरंकार नानक जो दिता जी सानू तो सानू आम लोग ने जेडे साडा गुजारा ये कर की मांग करते हो सरकार तो प्रशासन तो इन्हों तो असं मंग करते हैं जी साडा वो कमरा जाके देखो कच्चा नु भी भैड़ा गा आए नहीं पता उत्ते हो डिग पे रात एडा एडा पानी कढ़िया एक तो नेमा हो गया जी कच्चा आने लग गया उत्ते है नहीं सड़कड़ा सप्पा रहा नहीं जी उन्होंने बहुत चर हो गया जी पाए ते एक तो असं कमरे की मंग मंगदे एक सानू लैटरिंग का बड़ा औखा गोडे लागे दुखन जी भी साढ़े दूजी लैटरिंग बन जाए गोडे वाली एक इत कमरा एक असि सब तो वीडी मंग ये है जी असि पानी बिना ब बड़े औखे हाँ 10-10 दिन तो नहाने आ रुत्त दे गर्मी च लीड़ा कपड़ा धोन तो साढ़े पानी नहीं हैगा जी नहाने साढ़े पानी नहीं है टूटी आँदी है जी जो निगाह ने कदे कदे तो उई लंघ जाती है जे आँदी है माड़ी 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 कदे कदे तो पीण नूं भी नहीं पानी दिंदी है जी। किवें लगदी है ये जिंदगी बाबा? जिंदगी बहुत औखी है जी बहुत ही ज्यादा। सोचा भी रब इन्हें भी दुख दिंदा किसे? हाँ जी परमात्मा दे मूहरे ही अर्ज करदे आ वी मालक इदू दा सानू चक ला इन्ने दुखी है जी। ਜਦੋਂ ਕਿਸੇ ਕੋਲੋਂ ਵੀ ਨਾ ਹੋਵੇ ਪਰੇਸ਼ਾਨੀ ਦਾ ਹੱਲ ਮੇਰੇ ਕੋਲੋਂ ਪਾਓ 3 ਘੰਟੇ 'ਚ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ। ਲਵ ਮੈਰਿਜ ਵਸ਼ੀਕਰਨ ਬ੍ਰੇਕਅਪ ਸੋਲਿਊਸ਼ਨ ਮੋੜੀ ਵਸ਼ੀਕਰਨ ਕਰਵਾਓ ਮਨਚਾਹਾ ਪਿਆਰ ਆਪਣੇ ਵਸ ਵਿੱਚ ਕਰੋ ਪਰੇਸ਼ਾਨੀ ਜਿਵੇਂ ਪਤੀ ਪਤਨੀ ਵਿੱਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਪਿਆਰ 'ਚ ਧੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਵਿਦੇਸ਼ ਯਾਤਰਾ ਜਾਂ ਪੀਆਰ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਗੁਰੂ ਜੀ ਬੰਗਾਲੀ 98 157 20027।